ਤੇ ਤੁਸਾਂ ਕੀ ਪਤਾ ਹੈ ਤੁਸੀਂ ਡੇਟ ਆਫ ਬਰਥ ਸੁਣੀ ਏਜ ਕੀ ਆ ਰਿਹਾ ਹੁਣ ਇਹ ਸਕੂਲ ਦੀ ਜਿਹੜਾ ਬਰਥ ਹੈ ਉਹ ਹੈ 22/4/34 ਲੇਕਿਨ ਪਰ ਪਹੁੰਚਿਆ ਪਰ 30/4/34 ਅੱਜ ਦਿਨ ਪਰ ਕੇ ਤਾਂ ਆਪਣੇ ਬਚਪਨ ਦੀ ਗੱਲ ਬਹੁਤ ਪਾਕਿਸਤਾਨ ਕਿਸ ਤਰ੍ਹਾਂ ਰਹੇ ਸੋ ਪਾਕਿਸਤਾਨ ਮੈਂ ਕਾਟਰ ਰਹੂ ਰਹਿਣਾ ਸਾ ਅੱਛਾ ਪਾਰਟੀਸ਼ਨ ਦੀ ਪਹਿਲੇ ਮੈਂ ਨੌਵੀਂ ਪੜ੍ਹਾ ਸੀ ਅੱਛਾ ਪਾਰਟੀਸ਼ਨ ਹੋ ਗਈ ਸਕੂਲ ਬੰਦ ਹੋਈ ਗਏ ਕੋਈ ਸਕੂਲ ਨਹੀਂ ਸੀ ਰਾਤ ਕੁਛ ਨਹੀਂ ਪਰ ਮੈਂ ਬਾਹਰ ਦੇਣਾ ਨੂੰ ਕਿਹਾ ਮੈਨੂੰ ਜੇਲ੍ਹ ਨੂੰ ਦਾਖਲ ਕਰੋ ਲਈ ਕਰੋ ਦਾਖਲ ਨਹੀਂ ਕੀਤਾ ਉਸ ਵਕਤ ਪਾਈ ਦੋ ਇੰਡੀਆ ਸਨ ਅੱਛਾ ਉਹ ਕਹਿੰਦੇ ਸਨ ਦੋ ਪਹਿਲੇ ਇੰਡੀਆ ਵਿੱਚ ਸਨ ਇੱਕ ਤੋਂ ਦੇ ਛੋਟਾ ਔਰ ਦੂਸਰਾ ਮੇਰੇ ਤੋਂ ਵੱਡਾ ਅੱਛਾ ਮੈਂ ਨਾ ਚਾਹਾਂ ਕਿ ਕੁਛ ਨਹੀਂ ਮੈਂ ਜ਼ਰੂਰ ਗਿਆ ਜੀ ਜਦੋਂ ਮੈਂ ਜਦੋਂ ਇਹ ਹੋ ਗਿਆ ਤਾਂ ਮੈਂ ਫਿਰ ਨਸੀ ਕੇ ਪਰਤੀ ਹੋ ਗਿਆ ਅੱਛਾ ਆਰਮੀ ਚ ਪਾਕਿਸਤਾਨ ਸੇ ਗਿਰ ਪਹੁੰਚ ਬੁਆਇਜ਼ ਵੀ ਪਰਤੀ ਹੋ ਗਿਆ ਉਸ ਵਕਤ ਉਮਰ ਸੀ ਮੇਰੀ 13-14 ਸਾਲ ਦੋ ਸਾਲ ਚੈਨੀ ਕੀਤੀ ਉਸੇ ਬਾਅਦ ਕੋਈ ਲੜੇ ਆਇਆ ਉੱਥੇ ਬਾਅਦ ਮੈਂ ਕੰਪੈਟਿਟਿਵ ਵੀ ਚੈਨੀ ਕੀਤੀ ਬਾਅਦ ਵਿੱਚ ਜ਼ਿਆਦਾ ਮੈਂ ਆਜ਼ਾਦ ਕਸ਼ਮੀਰ ਉਹ ਹੈ ਮਰੀ ਮੁਜ਼ੱਫਰ ਪਾ ਗਿਆ ਔਰ 1957 'ਚ ਮੇਰਾ ਆਪਰੇਸ਼ਨ ਹੋਇਆ ਸੀ ਪਹਿਲੇ ਸ਼ੁਰੂ ਸੀ ਮੇਰੀ ਪਾਸੀ ਹੋਇਆ ਪਰਦਾ ਫੜ ਗਿਆ ਲੇਕਿਨ ਜਦੋਂ ਫਿਜ਼ੀਕਲ ਸਕੈਨਰ ਚੈੱਕ ਉਹਨਾਂ ਨੇ ਮੇਰੀ ਚਾਰ ਕਰ ਦਿੱਤਾ ਮੈਂ 58 'ਚ ਪਾਸਪੋਰਟ ਬਣਵਾਇਆ 25 ਅਕਤੂਬਰ 1959 'ਚ ਮੈਂ ਇੰਗਲੈਂਡ ਜਿਲਾ ਪਹਿਲੀ ਵਾਰ ਤੁਸੀਂ ਇੰਗਲੈਂਡ ਆਏ ਤਾਂ ਇਹ ਸਾਰਾ ਤੱਕਿਆ ਪਾਕਿਸਤਾਨ ਤੇ ਕੰਪਲੀਟਲੀ ਵੀ ਹੋਰ ਚੀਜ਼ ਸੀ ਕਿਸ ਤਰ੍ਹਾਂ ਲੱਗਾ ਅੰਦਰੋਂ ਕੀ ਫੀਲਿੰਗ ਆਈ ਅਸਲ ਗੱਲ ਹੈ ਕਿ ਮੈਂ ਸਿਰਫ ਸੀ ਬੰਦ ਕਰਨੀ ਕਰਤੀ ਜਿਹੜਾ ਗਰੀਬ ਬੰਦਾ ਹੋਣਾ